ਜਿਵੇਂ ਪਹਿਲਾਂ ਕੀਰਤਨ ਹੁੰਦੇ ਸਨ ਕੀਰਤਨ ਹੋਏ ਪਰ ਅੱਜ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਸਟੇਜ ਦੇ ਸਾਹਮਣੇ ਆਏ ਨੇ ਤੇ ਇਤਿਹਾਸ ਲਿਖਦਾ ਹੈ ਕਿ ਹੱਥ ਵਿੱਚ ਸਤਿਗੁਰ ਜੀ ਦੇ ਸ੍ਰੀ ਸਾਹਿਬ ਫੜੀ ਹੋਈ ਸੀ ਤੇ ਸਤਿਗੁਰ ਜੀ ਨੇ ਬੜੀ ਲਲਕਾਰ ਨਾਲ ਬਹੁਤ ਉੱਚੀ ਆਵਾਜ਼ ਨਾਲ ਸੰਗਤ ਵੱਲ ਨੂੰ ਮੁੱਖ ਕਰਕੇ ਮੁਖਾਤਬ ਹੋ ਕੇ ਆਵਾਜ਼ ਦਿੱਤੀ ਕਿ ਅੱਜ ਸਾਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਤੇ ਤੁਸੀਂ ਇਹ ਅਨੁਭਵ ਕਰ ਸਕਦੇ ਹੋ ਕਿ ਜਿਵੇਂ ਤੁਸੀਂ ਹੁਣ ਸੰਗਤ ਵਿੱਚ ਸੱਜੇ ਹੋ ਕੀਰਤਨ ਹੋ ਰਿਹਾ ਹੈ ਕਥਾ ਹੋਵੇਗੀ ਅਰਦਾਸ ਹੋਵੇਗੀ ਹਰ ਹਫਤੇ ਇਸੇ ਤਰ੍ਹਾਂ ਹੁੰਦਾ ਹੈ ਪਰ ਜਦੋਂ ਕੋਈ ਅਚਾਨਕ ਆ ਕੇ ਬਿਲਕੁਲ ਜਿਹੜੀ ਗੱਲ ਚਿੱਤ ਚੇਤਾ ਨਾ ਹੋਵੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਹਮਣੇ ਸਟੇਜ ਤੇ ਆ ਕੇ ਜਦੋਂ ਇੱਕ ਸਿਰ ਦੇ ਮੰਗ ਕਰਦੇ ਨੇ ਕਿ ਅੱਜ ਸਾਨੂੰ ਇੱਕ ਸਿੱਖ ਦਾ ਸਿਰ ਚਾਹੀਦਾ ਤੇ ਬਹੁਤ ਸਾਰੀ ਸੰਗਤ ਸੋਚੀ ਪੈ ਗਈ ਕਿ ਅੱਜ ਗੁਰੂ ਸਾਹਿਬ ਇਹ ਕੀ ਕਰਨ ਲੱਗੇ ਆ ਕਿ ਅਚਾਨਕ ਜਿਹਨਾਂ ਸਿਰਾਂ ਦੀ ਰਾਖੀ ਕਰਦੇ ਨੇ ਜਿਹੜਾ ਸਿਰਾਂ ਵਾਸਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ ਜਿਹਨਾਂ ਸਿਰਾਂ ਦੀ ਖਾਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ ਤੇ ਬਹਿ ਗਏ ਹਨ ਅੱਜ ਇਹ ਬਾਲ ਗੋਬਿੰਦ ਚੜ੍ਹਦੀ ਜਵਾਨੀ ਹੈ ਤੇ ਸੀਸ ਦੀ ਮੰਗ ਕਰ ਰਹੇ ਨੇ ਪਰ ਜਿਹਨਾਂ ਨੂੰ ਗੁਰੂ ਤੇ ਭਰੋਸਾ ਹੈ ਜਿਹੜੇ ਗੁਰੂ ਦੇ ਉੱਤੇ ਵਿਸ਼ਵਾਸ ਰੱਖਦੇ ਹਨ ਉਹ ਬਿਲਕੁਲ ਅਡੋਲ ਬੈਠੇ ਨੇ ਕਿ ਇਹਦੇ ਵਿੱਚ ਵੀ ਕੋਈ ਸਤਿਗੁਰੂ ਜੀ ਦੀ ਰਮਜ ਹੋਵੇਗੀ ਕੋਈ ਰਹੱਸ ਹੋਵੇਗਾ ਸਤਿਗੁਰੂ ਜੀ ਨੇ ਫਿਰ ਇੱਕ ਵਾਰ ਜ਼ੋਰ ਦੀ ਆਵਾਜ਼ ਨਾਲ ਜਦੋਂ ਕਿਸੇ ਸਿੱਖ ਦੇ ਸਿਰ ਦੀ ਮੰਗ ਕੀਤੀ ਹੈ ਤੇ ਫਿਰ ਆਪ ਜੀ ਨੂੰ ਪਤਾ ਕਿ ਸਭ ਤੋਂ ਪਹਿਲਾਂ ਭਾਈ ਧਰਮ ਭਾਈ ਦਇਆ ਰਾਮ ਜੀ ਲਾਹੌਰ ਦੇ ਰਹਿਣ ਵਾਲੇ ਸਤਿਗੁਰੂ ਜੀ ਦੇ ਪੇਸ਼ ਹੋਏ ਨੇ ਕਿ ਸਤਿਗੁਰੂ ਜੀ ਉਹ ਉੱਠਣ ਵਿੱਚ ਤੁਹਾਡਾ ਹੁਕਮ ਸੁਣ ਕੇ ਸੀਸ ਦੇਣ ਵਾਸਤੇ ਕੁਝ ਦੇਰ ਹੋ ਗਈ ਹੈ ਤੇ ਆਪ ਜੀ ਦੇ ਸੇਵਕ ਦਾ ਸਿਰ ਹਾਜ਼ਰ ਉਸ ਤੋਂ ਬਾਅਦ ਭਾਈ ਧਰਮ ਚੰਦ ਜੀ ਦਿੱਲੀ ਦੇ ਰਹਿਣ ਵਾਲੇ ਸਨ ਇਹਨਾਂ ਨੇ ਸਤਿਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਇਹਨਾਂ ਤੋਂ ਬਾਅਦ ਭਾਈ ਹਿੰਮਤ ਜੀ ਹਿੰਮਤ ਰਾਏ ਜੀ ਜਿਹੜੇ ਕਿ ਗੁਜਰਾਤ ਦੇ ਰਹਿਣ ਵਾਲੇ ਸਨ ਇਹਨਾਂ ਨੇ ਆਪਣਾ ਸਿਰ ਭੇਟ ਕੀਤਾ ਫਿਰ ਭਾਈ ਮੋਹਕਮ ਸਿੰਘ ਜੀ ਨੇ ਆਪਣਾ ਸਿਰ ਭੇਟ ਕੀਤਾ ਹੈ ਜੋ ਕਿ ਦਵਾਰਕਾ ਨਗਰੀ ਦੇ ਰਹਿਣ ਵਾਲੇ ਤੇ ਆਖਰ ਵਿੱਚ ਭਾਈ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਸਾਹਮਣੇ ਆਪਣਾ ਸੀਸ ਭੇਟ ਕੀਤਾ ਜੋ ਕਿ ਕਰਨਾਟਕਾ ਬਿਦਰ ਦੇ ਰਹਿਣ ਵਾਲੇ ਹਨ ਇਹਨਾਂ ਪੰਜਾਂ ਸਿੱਖਾਂ ਨੇ ਆਪਣੇ ਸਿਰ ਗੁਰੂ ਕਲਗੀਧਰ ਜੀ ਨੂੰ ਪੇਸ਼ ਕੀਤੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਤੰਬੂ ਵਿੱਚ ਲਿਜਾ ਕੇ ਇਕੱਲੇ ਇਕੱਲੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਕੌਤਕ ਕੀਤਾ ਹੈ ਇਤਿਹਾਸ ਦੱਸਦਾ ਹੈ ਕਿ ਇਹਨਾਂ ਨੂੰ ਦੁਬਾਰਾ ਨਵਾਂ ਜੀਵਨ ਬਖਸ਼ਿਸ਼ ਕੀਤਾ ਹੈ ਇਹਨਾਂ ਦੇ ਸਿਰ ਜਿਹੜੇ ਨੇ ਸਤਿਗੁਰੂ ਜੀ ਨੇ ਸ੍ਰੀ ਸਾਹਿਬ ਨਾਲ ਸ਼ਮਸ਼ੀਰ ਨਾਲ ਇਤਿਹਾਸਕਾਰ ਕਹਿੰਦੇ ਨੇ ਧੜ ਤੋਂ ਜੁਦਾ ਕੀਤੇ ਨੇ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਇਹਨਾਂ ਨੂੰ ਨਵਾਂ ਜੀਵਨ ਬਖਸ਼ਿਸ਼ ਕੀਤਾ ਹੈ ਤੇ ਵੱਖਰੇ ਸਰੂਪ ਵਿੱਚ ਇਹਨਾਂ ਨੂੰ ਤਿਆਰ ਕਰਕੇ ਸੰਗਤਾਂ ਦੇ ਸਨਮੁਖ ਲਿਆਂਦਾ ਇਹ ਪੰਜ ਪਿਆਰੇ ਸਤਿਗੁਰੂ ਜੀ ਨੇ ਇਹਨਾਂ ਨੂੰ ਖਿਤਾਬ ਬਖਸ਼ਿਸ਼ ਕੀਤਾ ਕਿ ਇਹ ਮੇਰੇ ਪੰਜ ਪਿਆਰੇ ਹਨ ਇਹਨਾਂ ਪੰਜਾਂ ਨੂੰ ਜਦੋਂ ਬਾਹਰ ਸਟੇਜ ਤੇ ਲਿਆ ਕੇ ਸਤਿਗੁਰੂ ਜੀ ਨੇ ਨਵੇਂ ਬਾਣੇ ਵਿੱਚ ਆਪ ਬੈਠ ਕੇ ਵੀਰ ਆਸਣ ਸਵੱਛ ਜਲ ਲੈ ਕੇ ਪੰਜਾਂ ਬਾਣੀਆਂ ਦਾ ਜਾਪ ਕਰਕੇ ਤੇ ਅੰਮ੍ਰਿਤ ਤਿਆਰ ਕੀਤਾ ਫਿਰ ਇਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਇਹ ਭਾਈ ਦਇਆ ਰਾਮ ਤੋਂ ਧਰਮ ਚੰਦ ਤੋਂ ਸਾਹਿਬ ਚੰਦ ਤੋਂ ਸਾਰਿਆਂ ਦੇ ਨਾਂ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘ ਲਫ਼ਜ਼ ਦੀ ਇਸਤੇਮਾਲ ਕੀਤੀ ਭਾਈ
दया सिंह जी, भाई धरम सिंह जी, भाई हिम्मत सिंह जी, भाई मोहकम सिंह जी, भाई साहब सिंह जी। ये गुरकलगीधर पातशाह जी ने वो गुरु प्यारे हैं जड़े बहुत समय तो लोग इन्हों बहुत छोटिया जातियां करके याद करते सन, पर गुरकलगीधर पातशाह जी ने इन्हों अज अमृत छका के पांच प्यारिया का रूप बख्शिश करके फिर इन्हों पंजा को सतगुरु जी ने आप अमृत छकिया। आप फिर गोबिंद राय तो उस दिन तो गुरकलगीधर पातशाह जी के नाल भी गुरु गोबिंद सिंह लगा। भाई संतोख सिंह जी ने सूरज प्रकाश विच लिखा है, जिनकी जात और कुल माही, सरदारी न भई कि नाही, इन्हीं को सरदार बनाऊं, तब गोविंद सिंह नाम कहा। जिन्हां जातां विच, जिन्हां कुलां विच, जिन्हां वंशां दे विच कदे कोई राजा नहीं बनिया, कदे कोई मालक नहीं बनिया, कोई जगीरदार नहीं बनिया, सतगुरु गुरकलगीधर पातशाह जी ने उन्हां लोकां नूं सरदारियां बख्शिश करके उन्हां दे शीश उत्ते कलगियां तक सजा के ते ए रहमत साडी झोली विच पा दित्ती। खालसा मेरो रूप है खास, खालसे मैं हौं करूं निवास। खालसा मेरा खास रूप है और खालसे दे मैं हमेशा अंग संग हां, पर खालसे वास्ते सतगुरु पातशाह जी ने जो ये वचन कीते, जब लग खालसा रह न्यारा, तब लग तेज दियो मैं सारा। न्यारे तू भाव किसी पखंड विच ना आउण वाला, किसी भरम विच ना आउण वाला, मजलूमां दी गरीबां दी रख्या करन वाला, देश बदले कदी लोड़ पवे ते सब तो सन्मुख हो के कुरबानी देण वाला, और हर वेले प्रभु की याद विच जुड़िया होया, ए खालसे दे खास लक्षण। खालसा खास कहावे सुई, जां के हिरदा भरम ना होई, ए खालसे दी निशानी है जो सतगुरु जी ने सानू बख्शिश कीती कि ओ मेरा खास खालसा है, मेरा सिख है, जिहदे कदे हिरदे विच किसे तरह दा भरम ना होवे। भरम भेख ते रह न्यारा, सो खालस सतगुरु हमारा। जड़ा खालसा एक अकाल पुरख एक परमात्मा दा सेवक बन के रहेगा, ओदी याद विच अपना जीवन बतीत करेगा। गुरकलगीधर पातशाह जी ने आख्या, ओ मेरा सतगुर है ते मैं ओदा सेवक हाँ, रहनी रह सोई सिख मेरा, ओह साहिब मैं उसका जीया, रहत बिना न सिख कहावै। उन रहता जिहड़ियां सानू दसियां ने सतगुरु पातशाह जी ने, वह बहुत ही मनुख की जिंदगी विच, केवल सिख की जिंदगी च नहीं, किसी भी धर्म नाल संबंधित मनुख होवे वह सारिआं वास्ते बहुत काम दियां। सब तो पहला सतगुरु जी ने जो पांच ककार सानू बख्शिश कीते, सब तो पहला केस, केसा दी संभाल करनी, केसा नू अंग संग रखना, ते दूजा ककार सतगुरु जी ने केसा दी संभाल वास्ते सफाई वास्ते कंघा बख्शिश कीता, तीजा ककार गुरु के सिख नू सतगुरु जी ने कृपा गात्रे पाई हुई बख्शिश कीती, चौथा ककार सतगुरु जी ने साडे सजे हाथ विच कड़ा पवाया, पंजवां ककार सतगुरु पातशाह जी सानूं इशारा बख्शिश कीता, जो कि एक बहुत ही इज्जत वाला पहरावा है।